ਨਮਸਕਾਰ ਸਿਟੀ ਹਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅਰਜੇਸ਼ ਮਰਾ ਆਓ ਨਜ਼ਰ ਪਾਉਣੇ ਅੱਜ ਦੀਆਂ ਵੱਡੀਆਂ ਤੇ ਤਾਜ਼ੀਆਂ ਖਬਰਾਂ ਤੇ ਐਡੀਜੀਪੀਐਸ ਕੇ ਸਾਨਾ ਦੀ ਲੀਕ ਹੋਈ ਚਿੱਠੀ ਤੇ ਪੜਕੇ ਮੁੱਖ ਮੰਤਰੀ ਚਰਨਜੀਤ ਸਿੰਘ ਚਨੀ ਕਿਹਾ ਹਜੇ ਦੂਜੀ ਚਿੱਠੀ ਵੀ ਹੋਵੇਗੀ ਜਨ ਤੱਕ ਐਡੀਜੀਪੀਐਸ ਕੇ ਸਾਨਾ ਦੀ ਰਿਪੋਰਟ ਲੀਕ ਹੋਣ ਤੇ ਪੰਜਾਬ ਸਰਕਾਰ ਦਰਜ ਕਰੇਗੀ ਐਫਆਈਆਰ ਅਤੇ ਲੀਕ ਹੋਈ ਚਿੱਠੀ ਦੀ ਵੀ ਹੋਵੇਗੀ ਜਾਂਚ ਪੀਆਰਟੀਸੀ ਤੇ ਪੰਵਸ ਕਾਮਿਆਂ ਦੀ ਹੜਤਾਲ 'ਚ ਹੁਣ ਕਿਸਾਨਾਂ ਦਾ ਵੀ ਮਿਲਿਆ ਸਾਥ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਦਾ ਘਰੋ ਕਰਨ ਦਾ ਕੀਤਾ ਵੱਡਾ ਐਲਾਨ 48 ਮੁਲਾਜ਼ਮ ਮੁੱਖ ਮੰਤਰੀ ਦੀ ਖਰੜ ਵਿੱਚ ਉਹਨਾਂ ਦੀ ਰਿਹائش ਵਿੱਚ ਦੇਣਗੇ ਤਰਨ ਕਾਮਿਆਂ ਨੇ ਲੋਕਾਂ ਨੂੰ ਆ ਰਹੀ ਪਰੇਸ਼ਾਨੀਆਂ ਦੀ ਵੀ ਮੰਗੀ ਮਾਫੀ ਕੇਦਰੀਵਾਲ ਅੱਜ ਤੋਂ ਮੁੜ ਹੋਣਗੇ ਪੰਜਾਬ ਦੌਰੇ ਤੇ ਅੱਜ ਜਲੰਧਰ 'ਚ ਕਰਨਗੇ ਤਰੰਗਾਂ ਰੈਲੀ ਕੱਲ ਬਾਦਲਾ ਦੇ ਗੜ੍ਹ ਵਿੱਚ ਲੰਬੀ 'ਚ ਕਰਨਗੇ ਪਹਿਲੀ ਜਨਤਕ ਰੈਲੀ ਕਿਸਾਨੀ ਅੰਦੋਲਨ ਕਰਕੇ ਕਿਸਾਨਾਂ ਨੇ ਸਿਆਸੀ ਪਾਰਟੀਆਂ ਨੂੰ ਅੰਦੋਲਨ ਖਤਮ ਹੋਣ ਤੱਕ ਸਿਆਸੀ ਰੈਲੀਆਂ ਨਾ ਕਰਨ ਦਾ ਕੀਤਾ ਸੀ ਐਲਾਨ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਲਏ ਵੱਡੇ ਫੈਸਲੇ ਕਈ ਵਰਗਾਂ ਨੂੰ ਦਿੱਤੇ ਮੋਟੇ ਘੱਪੇ ਮੰਗਲਵਾਰ ਨੂੰ ਕੈਬਨਟ ਦੀ ਮੀਟਿੰਗ 'ਚ ਸਰਕਾਰ ਨੇ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਘਰ ਬਣਾ ਕੇ ਦੇਣ ਅਤੇ ਸਰਕਾਰੀ ਸਕੂਲਾਂ ਤੇ ਸਿਹਤ ਸੰਸਥਾਵਾਂ ਨੂੰ ਅਤੇ ਸਰਕਾਰੀ ਸਕੂਲਾਂ ਤੇ ਸਿਹਤ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਵਰਗੇ ਕਈ ਮਹੱਤਵਪੂਰਨ ਲਏ ਨੇ ਫੈਸਲੇ ਮਿੰਨੀ ਵਾਸ ਆਪਰੇਟਰਾਂ ਨੂੰ ਰਿਆਤਾ ਅਤੇ 3 ਵਿਲੇ ਟੈਕਸੀਆਂ ਦੇ ਜੁਰਮਾਨਿਆਂ ਦੀ ਵੀ ਹੋਵੇਗੀ ਮਾਫੀ ਕਾਂਗਰਸ ਛੱਡਣ ਤੋਂ ਬਾਅਦ ਕੈਪਟਨ ਰਮਿੰਦਰ ਸਿੰਘ ਵੱਲੋਂ ਬਣਾਈ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਨੂੰ ਮਿਲਿਆ ਵੱਡਾ ਹੰਗਾਰਾ ਕਾਂਗਰਸ ਦੇ ਇੱਕ ਸਾਬਕਾ ਸੰਸਦ ਮੈਂਬਰ ਅਤੇ ਚਾਰ ਸਾਬਕਾ ਵਿਧਾਇਕ ਸ਼ਾਮਲ ਹੋਏ ਕੈਪਟਨ ਦੀ ਕੁੰਵਿਚ ਸਾਬਕਾ ਵਿਧਾਇਕਾਂ ਚੋਂ ਤਿੰਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਲੁਧਿਆਣਾ ਤੋਂ ਦੋ ਵਾਰ ਦੇ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ ਅਤੇ ਸਾਬਕਾ ਕਾਂਗਰਸੀ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਅਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਫਰਜ਼ਾਨਾ ਆਲਮ ਅਤੇ ਰਾਜਵਿੰਦਰ ਕੌਰ ਭਾਗੀ ਕੇ ਵੀ ਪਾਰਟੀ ਵਿੱਚ ਹੋਏ ਸ਼ਾਮਲ ਟੋਲ ਪਲਾਜ਼ਿਆਂ ਦਾ ਰੇਟ ਵਧਾਉਣ ਤੇ ਕਿਸਾਨਾਂ ਦੀ ਸਰਕਾਰ ਨੂੰ ਚੇਤਾਵਨੀ ਕਿਸਾਨ ਜਥੇਬੰਦੀਆਂ ਨੇ ਆਮ ਲੋਕਾਂ ਦੇ ਹੱਕ ਚ ਕੀਤਾ ਵੱਡਾ ਐਲਾਨ ਚੇਤਾਵਨੀ ਦਿੰਦੇ ਹੋਏ ਕਿਸਾਨਾਂ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਟੋਲ ਪਲਾਜ਼ਿਆਂ ਦੇ ਰੇਟ ਵਧਾ ਕੇ ਆਮ ਜਨਤਾ ਨੂੰ ਤੰਗ ਪ੍ਰੇਸ਼ਾਨ ਕੀਤਾ ਤਾਂ ਉਹ ਮੋੜ ਟੋਲ ਪਲਾਜ਼ਿਆਂ ਤੇ ਬੈਠ ਕੇ ਸਾਰੇ ਵਾਹਨਾਂ ਨੂੰ ਟੋਲ ਮੁਕਤ ਦੀ ਇਜਾਜ਼ਤ ਦੇਣਗੇ ਕਾਂਗਰਸੀ ਆਗੂ ਸੁਖਪਾਲ ਖੈਰਾ ਨੂੰ ਮਿਲੀ ਰਾਹਤ ਪੰਜਾਬ ਹਰਿਆਣਾ ਹਾਈ ਕੋਰਟ ਨੇ ਮੰਗਲਵਾਰ ਨੂੰ ਇਹ ਡੀਓਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਂਗਰਸੀ ਆਗੂ ਸੁਖਪਾਲ ਖੈਰਾ ਨੂੰ ਦੁਬਾਰਾ ਹਿਰਾਸਤ ਵਿੱਚ ਲੈਣ ਦੀ ਮੰਗ ਕੀਤੀ ਗਈ ਸੀ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਬਾਜਵਾ ਦਾ ਵੱਡਾ ਵਿਹਾਨ ਕੈਪਟਨ ਅਗਰ ਪੰਜਾਬ ਦੇ ਲੋਕਾਂ ਵਿੱਚ ਰਹਿੰਦੇ ਅਤੇ ਉਦਮੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਤਾਂ ਅੱਜ ਇਹ ਸਜ਼ਾ ਭੁਗਤ ਨਹੀਂਦੀ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਵਾਜਵਾ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਪੰਜਾਬ ਦਾ ਸੀਐਮ ਚਿਹਰਾ ਮੈਂ ਨਹੀਂ ਚਰਨਜੀਤ ਸਿੰਘ ਚਨੀ ਹਨ ਮੈਂ ਹੁਣ ਆਪਣੇ ਹਲਕੇ ਤੋਂ ਵਿਧਾਨ ਸਭਾ ਚੋਣਾਂ ਲੜਾਂਗਾ ਮੈਨੂੰ ਹਾਈ ਕਮਾਂਡ ਨੇ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹੋਣ ਲਈ ਕਿਹਾ ਹੈ ਆਗਾਮੀ ਵਿਧਾਨ ਸਭਾ ਚੋਣ ਵਿੱਚ ਭਾਜਪਾ ਜੁਟੀ ਵਿਰੋਧੀਆਂ ਦਲਾਂ ਨੂੰ ਕੇਰਨ ਕੈਂਪੇਨ ਪਰਸ਼ਦ ਸਮਾमेलन ਵਿੱਚ ਦਿਖਾਏ ਤਿੱਖੇ ਤੇਵਰ ਕਿਹਾ ਪ੍ਰਧਾਨ ਮੰਤਰੀ ਦੇ ਸਿੱਖਾਂ ਨਾਲ ਹਨ ਮਜ਼ਬੂਤ ਰਿਸ਼ਤੇ ਕੇਂਦਰੀ ਮੰਤਰੀ ਗਜਿੰਦਰ ਸ਼ਿਖਾਵਾੜ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੋਮ ਪ੍ਰਕਾਸ਼ ਸਮੇਤ ਕਈ ਹੋਰ ਭਾਜਪਾ ਨੇਤਾ ਵੀ ਸਨ ਇਸ ਸਮਾਵੇਨ ਵਿੱਚ ਸ਼ਾਮਲ ਇਹ ਸਨ ਅੱਜ ਦੀਆਂ ਵੱਡੀਆਂ ਤੇ ਤਾਜ਼ੀਆਂ ਖਬਰਾਂ ਕਰ ਫਿਰ ਹਾਜ਼ਰ ਹੋਵਾਂਗੇ ਜੈਸ਼ਮਰਨ ਦੋ ਇਜਾਜ਼ਤ ਧੰਨਵਾਦ